ਤਾਂ ਦੋਸਤੋ, ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਬਾਹਰ ਅਟੈਂਡੈਂਟ ਦੀ ਕੈਟੇਗਰੀ ਦੇ ਹਿਸਾਬ ਨਾਲ ਜਿਹੜੀ ਫਾਈਨਲ ਕੱਟ ਆਫ ਉਹ ਜਾਰੀ ਕਰ ਦਿੱਤੀ ਗਈ ਹੈ। ਉਸ ਰਿਲੇਟਡ ਮੈਂ ਪਹਿਲਾਂ ਹੀ ਇੱਕ ਵੀਡੀਓ ਤੁਹਾਨੂੰ ਪ੍ਰੋਵਾਈਡ ਕਰਵਾ ਦਿੱਤੀ ਹੈ, ਆਫਿਸ਼ੀਅਲੀ ਨੋਟੀਫਿਕੇਸ਼ਨ ਆ ਜਾ ਕੇ ਮੇਰੇ ਚੈਨਲ 'ਤੇ ਤੁਸੀਂ ਉਸ ਵੀਡੀਓ ਨੂੰ ਚੈੱਕ ਕਰ ਸਕਦੇ ਹੋ। ਅਤੇ ਹੁਣ ਕਰਨਾ ਕਿ ਸਭ ਤੋਂ ਪਹਿਲਾਂ ਤੁਸੀਂ ਉਹ ਚੈੱਕ ਕਰਨਾ ਹੈ। ਹੁਣ ਜੇ ਤੁਹਾਡਾ ਉਸ ਲਿਸਟ ਵਿੱਚ ਨਾਮ ਆਉਂਦਾ ਹੈ ਤਾਂ ਤੁਸੀਂ ਇਸ PDF ਫਾਈਲ ਨੂੰ, ਇਸ ਵੀਡੀਓ ਨੂੰ ਚੈੱਕ ਕਰਨਾ ਹੈ। ਇਸ ਵਿੱਚ ਕੀ ਹੋਇਆ, ਜਿੰਨਾ ਵੀ ਕੈਂਡੀਡੇਟਾਂ ਦਾ ਉਸ ਲਿਸਟ ਵਿੱਚ ਨਾਮ ਆਇਆ, ਉਹਨਾਂ ਦਾ ਜਿਹੜਾ ਡਾਕੂਮੈਂਟ ਵੈਰੀਫਿਕੇਸ਼ਨ ਦੀ ਡੇਟ ਇਸ PDF ਫਾਈਲ ਵਿੱਚ ਉਹਨਾਂ ਨੇ ਮੈਂਸ਼ਨ ਕੀਤੀ ਹੋਈ। ਐਗਜ਼ਾਮਪਲ ਦੇ ਤੌਰ 'ਤੇ ਆਪਾਂ ਇੱਥੇ ਦੇਖ ਸਕਦੇ ਹਾਂ, ਜਿਨ੍ਹਾਂ ਦੀ ਡਾਕੂਮੈਂਟ ਵੈਰੀਫਿਕੇਸ਼ਨ ਉਹ 3/12/2021 ਨੂੰ 9 ਅਤੇ 12 ਵਜੇ ਵਿੱਚ ਆ, ਉਹ EWS ਕੈਟੇਗਰੀ ਅਤੇ SC MB ਕੈਟੇਗਰੀ ਦੇ ਨਾਲ ਰਿਲੇਟਡ ਨੇ ਜਿਹੜੇ ਵੀ ਕੈਂਡੀਡੇਟ, ਉਹਨਾਂ ਦੀ ਜਿਹੜੀ ਡਾਕੂਮੈਂਟ ਵੈਰੀਫਿਕੇਸ਼ਨ ਹੋਵੇਗੀ ਉਹ 3/12/2021 ਨੂੰ ਹੋਵੇਗੀ। ਇਸ ਤੋਂ ਇਲਾਵਾ SC RO ਅਤੇ BC ਕੈਟੇਗਰੀ ਦੇ ਨੇ ਜਿਹੜੇ, ਉਹਨਾਂ ਦੀ 6/12/2021 ਤਰੀਕ ਨੂੰ ਜਿਹੜੀ ਡਾਕੂਮੈਂਟ ਵੈਰੀਫਿਕੇਸ਼ਨ ਹੋਵੇਗੀ। ਅਤੇ ਇੱਧਰ ਇਹਨਾਂ ਨੇ ਮੈਂਸ਼ਨ ਕੀਤਾ ਹੋਇਆ ਮੈਰਿਟ ਲਿਸਟ ਡਿਸਪਲੇਡ ਔਨ ਯੂਨੀਵਰਸਿਟੀ ਵੈਬਸਾਈਟ, ਇਸ ਰਿਗਾਰਡਿੰਗ ਮੈਂ ਆਲਰੇਡੀ ਤੁਹਾਨੂੰ ਵੀਡੀਓ ਪ੍ਰੋਵਾਈਡ ਕਰਾ ਦਿੱਤੀ ਹੈ। ਤੁਸੀਂ ਆਪਣੀ ਕੈਟੇਗਰੀ ਦੇ ਹਿਸਾਬ ਨਾਲ ਆਪਣਾ PDF ਫਾਈਲ ਨੂੰ ਡਾਊਨਲੋਡ ਕਰ ਸਕਦੇ ਹੋ ਐਂਡ ਰਿਜ਼ਲਟ ਚੈੱਕ ਕਰ ਸਕਦੇ ਹੋ। ਹੁਣ ਕਾਫੀ ਬੱਚਿਆਂ ਦਾ ਇਹ ਸਵਾਲ ਸੀ ਕਿ ਕਿਹੜੇ ਕਿਹੜੇ ਆਪਾਂ ਡਾਕੂਮੈਂਟ ਪਰੂਫ ਲੈ ਕੇ ਜਾਣਾ ਹੈ। ਇਹਨਾਂ ਨੇ ਸਾਫ ਸਾਫ ਇੰਸਟਰਕਸ਼ਨ ਵਿੱਚ ਮੈਂਸ਼ਨ ਕੀਤਾ ਹੋਇਆ ਕਿ ਓਰੀਜਨਲ ਡਾਕੂਮੈਂਟ ਆਪਣੇ ਲੈ ਕੇ ਜਾਣੇ ਨੇ ਜਿਹੜੇ ਵੀ ਨੇ, ਇੱਥੇ ਇਹਨਾਂ ਨੇ ਮੈਂਸ਼ਨ ਕੀਤੇ ਹੋਏ ਨੇ, ਐਡਮਿਟ ਕਾਰਡ ਜਾਂ ਰੋਲ ਨੰਬਰ ਸਲਿੱਪ ਆਪਣੇ ਕੋਲ ਹੋਣੀ ਚਾਹੀਦੀ ਆ, ਫੋਟੋਗ੍ਰਾਫ ਹੋਣੀ ਚਾਹੀਦੀ ਆ, ਐਕਸਪੀਰੀਅੰਸ ਦਾ ਜੋ ਵੀ ਪਰੂਫ ਆਪਣੇ ਕੋਲ ਉਹ ਹੋਣਾ ਚਾਹੀਦਾ। ਇਸ ਤੋਂ ਇਲਾਵਾ ਏਜ ਪਰੂਫ ਹੋਣਾ ਚਾਹੀਦਾ ਅਤੇ ਪਰੂਫ ਆਫ ਪਾਸਿੰਗ ਪੰਜਾਬੀ, ਮਤਲਬ ਕਿ ਆਪਣੇ 10ਵੀਂ ਕਲਾਸ ਦਾ ਸਰਟੀਫਿਕੇਟ ਹੋਣਾ ਚਾਹੀਦਾ ਜਿਸ ਵਿੱਚ ਆਪਾਂ ਪੰਜਾਬੀ ਪਾਸ ਕੀਤੀ ਹੋਈ ਹੈ। ਐਂਡ ਇਸ ਤੋਂ ਇਲਾਵਾ ਅਕੈਡਮਿਕ ਸਰਟੀਫਿਕੇਟ, ਜੇ ਵੀ ਆਪਣੀ ਹਾਈ ਕੁਆਲੀਫਿਕੇਸ਼ਨ ਆ ਉਸ ਰਿਗਾਰਡਿੰਗ ਸਰਟੀਫਿਕੇਟ ਵੀ ਆਪਣੇ ਨਾਲ ਲੈ ਜਾਓ। ਇਸ ਤੋਂ ਇਲਾਵਾ ਰਿਜ਼ਰਵ ਕੈਟੇਗਰੀ ਦਾ, SC ST ਕੈਟੇਗਰੀ ਨਾਲ ਜੋ ਬਿਲੋਂਗ ਕਰਦੇ ਨੇ ਕੈਂਡੀਡੇਟ, ਉਹਨਾਂ ਨੂੰ ਵੀ ਓਰੀਜਨਲ ਸਰਟੀਫਿਕੇਟ ਲੈ ਕੇ ਜਾਣਾ ਜ਼ਰੂਰੀ ਹੈ ਵਿਦ ਫੋਟੋ ਕਾਪੀ। ਮਤਲਬ ਜਿੰਨੇ ਵੀ ਡਾਕੂਮੈਂਟ ਤੁਸੀਂ ਓਰੀਜਨਲ ਲੈ ਕੇ ਜਾਓਗੇ ਉਹਨਾਂ ਦੀ ਫੋਟੋ ਕਾਪੀ ਵੀ ਨਾਲ ਲੈ ਕੇ ਜਾਇਓ। ਓਕੇ ਦੋਸਤੋ, ਅਤੇ ਇਸ ਤੋਂ ਇਲਾਵਾ ਇੱਕ ਗੱਲ ਹੋਰ, ਇਹਨਾਂ ਨੇ 3 ਨੰਬਰ ਪੁਆਇੰਟ ਵਿੱਚ ਮੈਂਸ਼ਨ ਕੀਤੀ ਹੈ ਕਾਉਂਸਲਿੰਗ ਫੀਸ ਬਾਰੇ। ਆਈ ਥਿੰਕ ਜਿੱਥੋਂ ਤੱਕ ਮੇਰਾ ਅੰਦਾਜ਼ਾ ਹੈ ਕਿ ਜਦੋਂ ਵੈਰੀਫਿਕੇਸ਼ਨ ਹੋਵੇਗੀ ਉਸ ਤੋਂ ਪਹਿਲਾਂ ਤੁਹਾਡੇ ਤੋਂ ਇੱਕ ਫੀਸ ਲਈ ਜਾਵੇਗੀ। ਜਨਰਲ ਕੈਟੇਗਰੀ ਦੀ 500 ਰੁਪਏ ਫੀਸ ਹੈ ਅਤੇ SC ਕੈਟੇਗਰੀ ਦੀ ਜਿਹੜੀ 250 ਰੁਪਏ ਫੀਸ ਹੈ, ਇੱਥੇ ਇਹਨਾਂ ਨੇ ਮੈਂਸ਼ਨ ਕੀਤੀ ਹੋਈ ਹੈ। ਅਤੇ ਹੋਰ ਮੇਨ ਪੁਆਇੰਟ ਦੱਸੀ ਹੈ, ਜੇ ਤੁਹਾਡੇ ਫੇਕ ਨਿਕਲ ਜਾਂਦੇ ਡਾਕੂਮੈਂਟ ਜਾਂ ਕੋਈ ਡਾਕੂਮੈਂਟ ਤੁਹਾਡੇ ਕੋਲ ਨਹੀਂ ਹੁੰਦਾ ਤਾਂ ਤੁਸੀਂ ਡਿਸਕੁਆਲੀਫਾਈ ਕਰ ਦਿੱਤੇ ਜਾਓਗੇ, ਤੁਹਾਡਾ ਡਾਕੂਮੈਂਟ ਵੈਰੀਫਿਕੇਸ਼ਨ ਨਹੀਂ ਹੋਵੇਗਾ ਐਂਡ ਤੁਹਾਡੀ ਸਿਲੈਕਸ਼ਨ ਕੈਂਸਲ ਕਰ ਦਿੱਤੀ ਜਾਵੇਗੀ। ਓਕੇ ਦੋਸਤੋ, ਜੇ ਇਸ ਰਿਗਾਰਡਿੰਗ ਹੋਰ ਕੋਈ ਤੁਸੀਂ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਵਟਸਐਪ ਗਰੁੱਪ ਹੈ, ਉਸ ਨੂੰ ਜਾ ਕੇ ਜੁਆਇਨ ਕਰ ਲਓ, ਸਾਰੀ ਜਾਣਕਾਰੀ ਤੁਹਾਨੂੰ ਉਸ ਗਰੁੱਪ ਵਿੱਚ ਮਿਲ ਜਾਵੇਗੀ।